सत श्री अकाल जी, तुसी देख रहे हो यूट्यूब ते APS परम चैनल ते। मैं हाँ जी परमप्रीत सिंह, अज दा व्लॉग करदे आं शुरू। चले असी ड्यूटी ते, होई डेली रूटीन ते बाहर ठंड बहुत ज्यादा हो चुकी है। लास्ट व्लॉग दे विच तुसी देखिया कि मैं किसानां वास्ते ना एक मशीन पाई सी, किदां स्प्रे करदे आ ना, सानू फिर लेबल लगानी पैंदी है, आप कम करना पैंदा। ਉਹ ਡਰੋਨ ਆ ਗਿਆ ਨਵਾਂ, ਉਹ ਕੈਮਰਾ ਪਹਿਲਾਂ ਕੈਮਰੇ ਵਾਲਾ ਡਰੋਨ ਹੁੰਦਾ ਸੀ, ਉੱਪਰੋਂ ਦਿਖਦਾ ਹੁੰਦਾ ਸਾਰਾ ਕੁਛ, ਤੇ ਹੁਣ ਉਹ ਮਸ਼ੀਨ ਆ ਗਈ ਹੈ, ਉੱਪਰ ਜਾਂਦੀ ਹੈ। ਉਹਦੇ ਵਿੱਚ ਤੁਸੀਂ ਪਹਿਲਾਂ ਦਵਾਈ ਪਾ ਦਿਓ, ਸਪਰੇ ਪਾ ਦਿਓ, ਕੋਈ ਵੀ ਜਿਹੜੀ ਵੀ ਤੁਸੀਂ ਖੇਤਾਂ ਦੇ ਸਪਰੇ ਕਰਨੀ ਹੈ ਤਾਂ ਉਹ ਫਿਰ ਸਾਰੇ ਪਾਸੇ ਸਪਰੇ ਹੋ ਜਾ ਕਰਨੀ ਹੈ। ਪਰ ਉਹ ਪ੍ਰੋਜੈਕਟ ਹੈ, ਮਹਿੰਗਾ ਹੈ, ਉਹ 5-6 ਲੱਖ ਰੁਪਏ ਦੀ ਮਸ਼ੀਨ ਹੈ। ਪਰ ਉਹ ਇੰਨੀ ਉਹ ਜਿਹੜੇ ਵੱਡੇ ਵੱਡੇ ਹੈ ਨਾ ਖੇਤੀਬਾੜੀ ਵਾਲੇ ਹੈ, ਖੇਤਾਂ ਵਾਲੇ ਫਾਰਮਰ ਹੈ, ਉਹੀ ਲੈ ਸਕਦੇ ਹੈ। ਅਤੇ ਉਹ ਪਰ ਜ਼ਿਆਦਾ ਉੱਦਾਂ ਹੈ ਤਾਂ ਨਵੀਂ ਟੈਕਨੀਕ ਆਈ ਹੈ, ਬਸ ਉਹਨੂੰ ਮੈਨੂੰ ਲੱਗਦਾ ਥੋੜ੍ਹੀ ਮਹਿੰਗੀ ਹੈ। ਪਰ ਕੋਈ ਗੱਲ ਨਹੀਂ, ਅਤੇ ਅੱਜ ਦਾ ਕਰਦੇ ਹਾਂ ਵਲੋਗ ਸ਼ੁਰੂ। ਪਿੱਛੇ ਮੈਂ ਰੇਡੀ ਹੋ ਚੁੱਕਿਆ ਸਾਰਾ, ਅਤੇ ਕਾਰਡ ਪਾ ਲਿਆ, ਪਿੱਛੇ ਬੈਗ ਮੇਰਾ ਬਿਲਕੁਲ ਤਿਆਰ ਪਰ ਤਿਆਰ ਆ, ਚੱਕਣਾ ਹੀ ਹੈ, ਲੇਟ ਨਾ ਹੋ ਜਾਈਏ। ਲੋ ਮੇਰੀ ਬੱਸ ਆ ਗਈ, ਹਟਰਾ ਪਟਿਆਲਾ ਪਟਿਆਲਾ ਪਟਿਆਲਾ, ਇਹਦੇ ਜਾਂਦਾ ਤਾਂ ਰੋਜ਼ ਹੀ ਕੁਦਰਤੀ ਮੈਨੂੰ ਮਿਲ ਜਾਂਦੀ ਹੈ ਇਹ ਬੱਸ। ਮਿਲ ਗਈ ਮੈਨੂੰ, ਬੱਸ ਵੀ ਇਹੀ ਮਿਲਦੀ ਹੁੰਦੀ ਹੈ ਅਤੇ ਸੀਟ ਵੀ ਇਹੀ ਮਿਲਦੀ ਹੁੰਦੀ ਹੈ ਪਿੱਛੇ ਪਿੱਛੇ। ਕੰਮ ਤੋਂ ਆ ਗਏ ਅਸੀਂ ਘਰ। ਕੰਮ ਦੇ ਵਿੱਚ ਨਾ ਜਦੋਂ ਹੁੰਦਾ ਕੰਮ ਜ਼ਿਆਦਾ ਹੁੰਦਾ, ਫਿਰ ਯਾਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ। ਵੈਸੇ ਮੈਂ ਤਾਂ ਬਣਾਉਂਦਾ ਵੀ ਨਹੀਂ ਕੰਮ 'ਤੇ, ਅਤੇ ਕੰਮ ਵਾਲਾ ਟਾਈਮ ਤਾਂ ਫਿਰ ਲੰਘ ਹੀ ਜਾਂਦਾ। ਉਸ ਤੋਂ ਬਾਅਦ ਫਿਰ ਬਸ ਜਦੋਂ ਘਰ ਆਉਂਦੇ ਆ ਸ਼ਾਮ ਨੂੰ ਹੁੰਦਾ ਵਲੋਗ, ਉਹੀ ਬਣਾਉਂਦਾ ਹੁੰਦਾ। ਹੁਣ ਅਸੀਂ ਆ ਕੇ ਘਰ, ਅੱਜ ਕੰਮ 'ਤੇ ਬਹੁਤ ਜ਼ਿਆਦਾ ਬਿਜ਼ੀ ਰਹੇ। ਆਉਂਦੇ ਸਾਰ ਹੀ ਪਹਿਲਾਂ ਤਾਂ ਖਾਣਾ ਪੀਣਾ ਹੈ ਨਾ ਆਪਣਾ ਲੰਚ ਕੀਤਾ, ਅਤੇ ਲੰਚ ਤੋਂ ਬਾਅਦ ਟਾਈਮ ਹੋ ਗਿਆ ਹੁਣ ਐਗਜੈਕਟਲੀ 4:25, 4:30 ਹੋ ਗਏ, ਤਾਂ ਸ਼ਾਮ ਦਾ ਟਾਈਮ ਹੋ ਗਿਆ। ਅਤੇ ਚਾਹ ਦਾ ਬਹੁਤ ਜ਼ਰੂਰੀ ਹੈ ਭਾਈ, ਚਾਹ ਗਰਮ ਗਰਮ ਮਿਲ ਗਈ, ਅਤੇ ਹੁਣ ਸਰਦੀਆਂ ਦਾ ਟਾਈਮ ਹੈ, ਪਿੰਨੀ ਆਏ ਹਾਏ 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 ਹਾਏ, ਕਿਆ ਬਾਤ ਹੈ ਕਿਆ ਬਾਤ ਹੈ। ਜੇ ਤੁਸੀਂ ਛਕਣੀ ਦੱਸੋ, ਤੁਹਾਨੂੰ ਛਕਾ ਦਿੰਦੇ ਹਾਂ ਬਿਸਕੁਟ। ਬਿਸਕੁਟ ਤਾਂ ਕਿਹਨੇ ਖਾਣੇ, ਨਮਕੀਨ। ਮੈਂ ਤਾਂ ਚਾਹ ਦੇ ਨਾਲ ਪਿੰਨੀ ਆਈ ਖਾਊਂਗਾ ਭਾਈ। ਵਾਹ ਜੀ ਵਾਹ, ਜੀ ਕਰਦਾ ਬਸ ਇਹਦੀ ਵੀਡੀਓ ਬਣਾਈ ਜਾਈ ਪਿੰਨੀ ਦੀ, ਪਰ ਨਾਲੇ ਖਾਈ ਵੀ ਜਾਈਏ, ਚਾਹ ਵੀ ਪੀ ਜਾਓ। ਠੰਡ ਹੁਣ ਜ਼ਿਆਦਾ ਹੋਣ ਲੱਗ ਗਈ ਨਾ ਬਾਹਰ, ਤਾਂ ਡੈਡੀ ਵੀ ਹੁਣ ਅੰਦਰ ਹੀ ਰਹਿੰਦੇ ਆ, ਉਹ ਵੀ ਜ਼ਿਆਦਾ ਹੁਣ ਬਾਹਰ ਨਹੀਂ ਨਿਕਲਦੇ। ਮੈਂ ਦੇਖਾਂ ਕਿਆ ਕਰਦੇ ਆ, ਟੀਵੀ ਦੇਖਦੇ ਹੁਣ। ਸਤਿ ਸ਼੍ਰੀ ਅਕਾਲ ਜੀ, ਕੀ ਕਰ ਰਹੇ? ਬਸ ਬੈਠੇ ਆਰਾਮ, ਇੱਥੋਂ ਬਾਹਰ, ਬਾਹਰ ਤੋਂ ਅੰਦਰ। ਠੰਡ ਬਹੁਤ ਨਾ? ਹਾਂ ਠੰਡ ਬਹੁਤ। ਚੱਲ ਹੋਰ ਹੋਰ ਠੀਕ। ਮੈਂ ਹੀ ਫਿਰ ਗੇੜਾ ਮਾਰਿਆ ਵਾਂ। ਨੂਰ ਉੱਥੇ ਗਈ ਹੈ ਟਿਊਸ਼ਨ? ਨਹੀਂ ਅੰਦਰ ਹੈ। ਅੱਛਾ ਅੱਛਾ, ਹਾਂ ਠੰਡ ਹੈ। ਚਲੋ ਮੈਂ ਮਾੜਾ ਜਾਇਆ ਵਾਂ ਫਿਰ, ਗੇੜਾ ਮਾਰਿਆ ਮਾੜੀ ਸੈਰ ਜੀ। ਕੋਈ ਸਮਾਨ ਸੁਣਦਾ ਨਹੀਂ ਮੰਗਾਉਣਾ ਕੋਈ? ਦੁੱਧ ਰੁਪਏ ਸ਼ਾਮ ਨੂੰ ਲਿਜਾਊਂਗਾ 7 ਵਜੇ, ਉਹ ਤਾਂ 6 ਵਜੇ ਸ਼ੁਰੂ ਹੁੰਦਾ ਨਾ। ਹਾਂ ਆਹੋ, ਮੈਂ ਵੀ ਕਿਹਾ, ਮੈਂ ਕਿਹਾ ਚੱਲ ਗੇੜਾ ਮਾਰਿਆ ਵਾ, ਮੈਂ ਸੈਰ ਕਰਿਆ ਵਾ, ਨਾਲੇ ਚਲੋ ਗੇੜਾ ਜਿਹਾ ਬਚ ਜਾਂਦਾ ਮਾਰਕੀਟ ਦਾ। ਡੈਡੀ ਕਹਿੰਦੇ ਉਹ ਗਰਮ ਦੁੱਧ ਪੀਂਦੇ ਹੁੰਦੇ ਆ ਕੜਾਈ ਵਾਲਾ, ਉਹ ਸ਼ਾਮ ਨੂੰ 6-7 ਵਜੇ ਪਾਲੀ ਦੀ ਦੁਕਾਨ ਤੋਂ ਮਿਲਦਾ, ਉਹ ਫਿਰ ਮੈਂ ਸ਼ਾਮ ਨੂੰ ਸਪੈਸ਼ਲ ਜਾਊਂਗਾ, ਫਿਰ ਲੈ ਕੇ ਆਊਂਗਾ ਡੈਡੀ ਲਈ ਗਰਮ ਦੁੱਧ। ਹੁਣ ਤਾਂ ਮਾੜੀ ਸੈਰ ਕਰਕੇ ਆਉਂਦੇ ਆ, ਗੇੜਾ ਗੁੜਾ ਮਾਰ ਕੇ ਆਉਂਦੇ, ਕਿਆ ਮਾਹੌਲ ਚੱਲਦਾ ਬਾਹਰ ਲਾ। ਅੰਦਰ ਤਾਂ ਫਿਰ ਐਂ ਹੁੰਦਾ ਜਦੋਂ ਅੰਦਰ ਬੰਦਾ ਰਹਿੰਦਾ ਫਿਰ ਨੀਂਦ ਆ ਲੱਗ ਪੈਂਦੀ ਹੈ। ਕੇਸਗੜ੍ਹ ਸਾਹਿਬ ਨਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ, ਗੁਰਪੁਰਬ, ਤਾਂ ਕਰਕੇ ਸਜਾ ਲਿਆ, ਪੂਰਾ ਸੱਜ ਗਿਆ ਐਨ, ਉੱਥੇ ਲਾਈਟਾਂ ਵਗੈਰਾ ਵੀ ਲੱਗ ਗਈਆਂ, ਗੁਰਦੁਆਰਾ ਸਾਹਿਬ ਪੂਰਾ। ਡੈਡੀ ਨੂੰ ਲੈ ਕੇ ਜਾਣਾ, ਇਹ ਹੈ ਕੜਾਹੀ ਵਾਲਾ ਦੁੱਧ, ਇਹ ਡੈਡੀ ਪੀਂਦੇ ਹੁੰਦੇ ਸਰਦੀਆਂ ਦੇ ਵਿੱਚ, ਇਹਨਾਂ ਦਾ ਫੇਵਰੇਟ ਹੈ। ਇਹਦੇ ਵਿੱਚ ਦੇਖੋ ਆਹ ਇਲਾਇਚੀ ਵਗੈਰਾ, ਮਲਾਈ, ਦੁੱਧ ਗਰਮ, ਇਹ ਗਰਮ ਹੀ ਹੁੰਦਾ, ਕੜਾਹੀ ਗਰਮ ਹੀ ਰਹਿੰਦਾ, ਇਹ 'ਚ ਕੜੀ ਜਾਂਦਾ ਕੜੀ ਜਾਂਦਾ ਕੜੀ ਜਾਂਦਾ, ਡੈਡੀ ਤਾਂ ਫੇਵਰੇਟ ਹੈ। ਮੈਂ ਚਲ ਡੈਡੀ ਨੂੰ ਦੇ ਜਾਵਾਂ, ਡੈਡੀ ਕਹਿੰਦੇ ਵੇ ਲੈ ਕੇ ਆਇਆ ਭਾਈ, ਜ਼ਰੂਰੀ ਹੈ, ਇਹ ਪਾਲੀ ਦੁਕਾਨ ਦੇ ਫੇਵਰੇਟ ਹੈ, ਡੈਡੀ ਹਮੇਸ਼ਾ ਕਹਿੰਦੇ ਉਹਨਾਂ ਕੋਲ ਪਾਲ ਸਪੈਸ਼ਲ ਸੈੱਟ ਹੈ ਨਾ, ਪਾਲੀ ਮਲਾਈ 'ਚ ਪਾ ਦੀ ਹੈ। ਲਓ ਜੀ ਸੈਰ ਕਰਿਆ ਏ, ਚਾਹ ਪਾਣੀ ਪੀ ਲੀਆਂ, ਪਿੰਨੀਆਂ ਖਾ ਲੀਆਂ, ਸੈਰ ਕਰਿਆ ਏ, ਖੇਡ ਵੀ ਲਿਆ, ਥੋੜ੍ਹਾ ਫਿਜ਼ੀਕਲੀ ਐਕਸਰਸਾਈਜ਼ ਹੋ ਗਈ, ਡੈਡੀ ਲਈ ਦੁੱਧ ਵੀ ਲਿਆਂਦਾ, ਅਤੇ ਅੱਜ ਦਾ ਵਲੋਗ ਕਰਦੇ ਹਾਂ ਇੱਥੇ ਸਮਾਪਤ। ਅਤੇ ਹੌਲੀ ਹੌਲੀ ਮੈਂ ਵਲੋਗ ਬਣਾਉਣੇ ਸ਼ੁਰੂ ਕਰਦੇ ਹਾਂ, ਪਰ ਦਿਨ ਛੋਟੇ ਹੋਣ ਕਰਕੇ ਅਸੀਂ ਕਿਤੇ ਜਾ ਨਹੀਂ ਸਕਦੇ, ਤਾਂ ਕਰਕੇ ਹਜੇ ਥੋੜ੍ਹਾ ਜਿਹਾ ਕੰਟੈਂਟ ਤੁਹਾਨੂੰ ਓਨੈਸਟਲੀ ਦੱਸੀਏ ਘੱਟ ਆ ਰਿਹਾ। ਬਾਕੀ ਚਲੋ ਸਾਡੀ ਆਦਤ, ਸਾਡੀ ਕੋਸ਼ਿਸ਼ ਇਹ ਹੈ ਵੀ ਚਲੋ ਇਹ ਆਦਤ ਬਣੀ ਰਹੇ ਹੈ ਨਾ, ਫਿਰ ਤਾਂ ਜੋ ਫਿਰ ਅਸੀਂ ਤੁਹਾਨੂੰ ਹੋਰ ਹੋਰ ਚੀਜ਼ਾਂ ਨਵੀਂ ਨਵੀਂ ਦਿਖਾਉਂਦੇ ਰਹਾਂਗੇ।
ਤੇ ਅੱਜ ਦਾ ਵਲੋਗ ਕਰਦੇ ਆ ਇੱਥੇ ਸਮਾਪਤ। ਸਾਨੂੰ ਨਾ ਹਮੇਸ਼ਾ ਇੱਦਾਂ ਨਹੀਂ ਹੁੰਦਾ ਵੀ ਅਸੀਂ ਕੋਈ MTH ਮਸਾਲੇ ਵਾਂਗੂ ਕੋਈ ਮਸਾਲਾ ਪਾਈਏ ਤੇ ਇੱਦਾਂ ਕੋਈ ਦਿਖਾ ਕੇ, ਸਾਡੇ ਜੋ ਨੈਚੁਰਲ ਅਸੀਂ ਉਹ ਹੀ ਦਿਖਾਉਂਦੇ ਹਾਂ। ਤੇ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਫੋਲੋ ਕਰ ਦਿਓ ਤੇ ਅਗਲੇ ਵਲੋਗ ਦੇ ਵਿੱਚ ਮਿਲਦੇ ਹਾਂ। ਥੈਂਕ